ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਸਟੱਡੀ ਐਂਡ ਜੌਬ ਅਲਰਟਸ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ ਲੈ ਕੇ حاضر ਹੋਏ ਆ ਜੀ ਸਮਿਤੀਆਂ ਸਭ ਤੋਂ ਵੱਡੀਆਂ ਤੇ ਤਾਜ਼ਾ ਖਬਰਾਂ ਪੰਜਾਬ ਦੇ ਸਕੂਲਾਂ ਬਾਰੇ ਅੱਜ ਮੀਟਿੰਗ ਵਿੱਚ ਬਹੁਤ ਹੀ ਵੱਡਾ ਤੇ ਅਹਿਮ ਹੁਕਮਾ ਦੂਜੀ ਖਬਰ ਦੋਸਤੋ ਮੁਫਤ ਬਾਸਫਰ ਬਾਰੇ ਆਈ ਵੱਡੀ ਖੁਸ਼ਖਬਰੀ ਤੀਜੀ ਵੱਡੀ ਖਬਰ ਦੋਸਤੋ ਇਸ ਵਾਰ ਰਖੜੀ ਦੇ ਤਿਉਹਾਰ ਮੌਕੇ ਔਰਤਾਂ ਨੂੰ ਮਿਲੇਗਾ 1000 ਰੁਪਇਆ ਅੱਗੇ ਵੀ ਤੁਹਾਨੂੰ ਇਹਨਾਂ ਖਬਰਾਂ ਬਾਰੇ ਪੂਰੀ ਜਾਣਕਾਰੀ ਦੰਨੇ ਆ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਨਾਲ ਦੀ ਨਾਲ ਦੋਸਤੋ ਬੈਲ ਵਾਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਤੁਹਾਡੇ ਤੋਂ ਦੀਆਂ ਹੋਰ ਖਬਰਾਂ ਲਗਾਤਾਰ ਪਹੁੰਚ ਰਹਿਣ ਐਂ ਦੋਸਤੋ ਆਪਣਾ ਪਰਿਵਾਰ ਹਮੇਸ਼ਾ ਲਈ ਜੁੜਿਆ ਰਹੇ। ਸੋ ਦੋਸਤੋ ਹੁਣ ਆਪਾਂ ਖਬਰਾਂ ਨੂੰ ਸ਼ੁਰੂ ਕਰਦੇ ਆਂ। ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੀ ਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ ਵੱਲੋਂ ਪਿਛਲੇ ਸਾਲ ਅਪ੍ਰੈਲ ਵਿੱਚ ਸ਼ੁਰੂ ਕੀਤੀ ਗਈ ਔਰਤਾਂ ਲਈ ਮੁਫਤ ਯਾਤਰਾ ਅਜੇ ਵੀ ਜਾਰੀ ਰਹੇਗੀ। ਇਸ ਯਾਤਰਾ ਨੂੰ ਹੋਰ ਵੀ ਅੱਗੇ ਵਧਾਉਣ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਰਕਾਰੀ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੂੰ ਪੀਆਰਟੀਸੀ ਨੂੰ 144 ਕਰੋੜ ਰੁਪਏ ਅਦਾ ਕਰਨੇ ਪੈਣਗੇ ਇੱਕ ਰਿਪੋਰਟ ਮੁਤਾਬਕ ਇਹ ਕਿਹਾ ਗਿਆ ਹੈ ਕਿ ਸਰਕਾਰ ਇਸ ਯਾਤਰਾ ਨੂੰ ਜਾਰੀ ਰੱਖਣਾ ਚਾਹੁੰਦੀ ਹੈ ਤੇ ਸਰਕਾਰ ਨੇ 1-2 ਦਿਨਾਂ ਵਿੱਚ ਇਹ ਰਕਮ ਦੇਣ ਦਾ ਭਰੋਸਾ ਦਿੱਤਾ ਹੈ ਸੋ ਦੋਸਤੋ ਜਿਵੇਂ ਕਿ ਪੰਜਾਬ ਦੀਆਂ ਔਰਤਾਂ ਦੁਆਰਾ ਆਪਣੇ ਆਧਾਰ ਕਾਰਡ ਦੁਆਰਾ ਪੀਆਰਟੀਸੀ ਦੀਆਂ ਬੱਸਾਂ ਵਿੱਚ ਬਿਲਕੁਲ ਮੁਫਤ ਸਫ਼ਰ ਕੀਤਾ ਜਾਂਦਾ ਹੈਗਾ ਤਾਂ ਉਸਤੇ ਸਾਰਾ ਪੈਸਾ ਪੰਜਾਬ ਸਰਕਾਰ ਅਦਾ ਕਰਦੀ ਹੈ ਪੀਆਰਟੀਸੀ ਦੇ ਵਿਭਾਗ ਨੂੰ ਸੋ ਦੋਸਤੋ ਚੰਗੀ ਖਬਰ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਰਾਸ਼ੀ ਜਲਦ ਹੀ ਪੀਆਰਟੀਸੀ ਨੂੰ ਜਾਰੀ ਕੀਤੀ ਜਾਵੇਗੀ ਤਾਂ ਕਿ ਔਰਤਾਂ ਦਾ ਮੌਬਤ ਬਾਸ ਸਫਰ ਅੱਗੇ ਦੀ ਅੱਗੇ ਵੀ ਜਾਰੀ ਰਹਿ ਸਕੇ ਸੋ ਦੋਸਤੋ ਕੁਝ ਲੋਕ ਕੈਰੀ ਸੀ ਕਿ ਮੌਸਫਰ ਬਾਸ ਦਾ ਠੀਕ ਹੈ ਜੀ ਬੰਦ ਹੋਵੇਗੀ ਤਾਂ ਦੋਸਤੋ ਇਹ ਫਵਾਹ ਨਹੀਂ ਆ ਬੰਦ ਨਹੀਂ ਹੋਣ ਵਾਲੀ ਦੋਸਤੋ ਜਿਹੜੀ ਇੱਕ ਵਾਰ ਠੀਕ ਹੈ ਸਕੀਮ ਚੱਲ ਪਈ ਉਹ ਮੋੜ ਕੇ ਬੰਦ ਹੋਣ ਦੀ ਇਹ ਸਭਾਵਨਾ ਬਹੁਤ ਜ਼ਿਆਦਾ ਘੱਟ ਜਾਂਦੀ ਹੈ ਕੀਤੇ ਦੋਸਤੋ ਬਾਅਦਿਆਂ ਆਪਾਂ ਅਗਲੀ ਖਬਰ ਦੇ ਵੱਲ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਹੁਣ ਸਭ ਦੀ ਨਜ਼ਰਾਂ ਕਾਰਪੋਰੇਸ਼ਨ ਚੋਣਾਂ ਦੇ ਵੱਲ ਨੇ ਕਾਰਪੋਰੇਸ਼ਨ ਚੋਣਾਂ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਜਾ ਰਹੀ ਆ ਇਸੇ ਉਦੇਸ਼ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਸ਼ੋਕ ਤਲਵਾਰ ਅਤੇ ਵਿਧਾਇਕ ਜਸਵੀਰ ਸਿੰਘ ਸੰਧੂ ਦੀ ਗਵਾਈ ਵਿੱਚ ਇੱਕ ਮੀਟਿੰਗ ਅਮ੍ਰਿਤਸਰ ਦੇ ਰਾਣੀ ਕਾ ਬਾਗ ਵਿੱਚ ਕੀਤੀ ਗਈ ਸੀ ਜਿਸ ਵਿੱਚ ਕਾਰਪੋਰੇਸ਼ਨ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਅਲੱਗ-ਅਲੱਗ ਮਸਲਿਆਂ ਦੇ ਚਰਚਾ ਕੀਤੀ ਗਈ ਅਸ਼ੋਕ ਤਲਵਾਰ ਵੱਲੋਂ ਮਹਿਲਾਵਾਂ ਨੂੰ 1-1000 ਰੁਪਏ ਦੇਣ ਦੀ ਗਾਰੰਟੀ ਦਾ ਵੀ ਐਲਾਨ ਇਸ ਥਾਂ ਤੇ ਹੋਇਆ। ਉਹਨਾਂ ਕਿਹਾ ਕਿ ਜੋ ਗਾਰੰਟੀਆਂ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਤੀਆਂ ਗਈਆਂ ਨੇ ਉਹਨਾਂ ਦੀ ਇਨ ਬਿਨ ਨਿਪਾਲਾ ਕੀਤੀ ਜਾਵੇਗੀ। ਉਹਨਾਂ ਦਾ ਕਹਿਣਾ ਸੀ ਕਿ ਬਿਜਲੀ ਵਿਭਾਗ ਨੂੰ ਲੈ ਕੇ ਉਹਨਾਂ ਵੱਲੋਂ 600 ਜੁਨਟ ਮਾਫ ਕਰਨ ਦੀ ਗੱਲ ਕਹੀ ਗਈ ਉਹ ਕਰ ਦਿੱਤੀ ਗਈ ਹੈ ਐਂਡ ਦੋਸਤੋ ਨਾਲ ਦੀ ਨਾਲ ਔਰਤਾਂ ਨੂੰ ਵੀ 1000 ਰੁਪਏ ਦੇਣ ਦੀ ਜਿਹੜੀ ਗਾਰੰਟੀ ਦਿੱਤੀ ਗਈ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਉਹ ਹੁਣ ਰਖੜ ਪੁੰਨਿਆਂ ਵਾਲੇ ਦਿਨਾਂ ਤੋਂ ਇਸ ਦੀ ਸ਼ੁਰੂਆਤ ਕੀਤੀ ਜਾ ਸਕ ਦੀ ਗਈ ਸੋ ਦੋਸਤੋ ਇਹ ਖਬਰ ਮਿਲ ਰਹੀ ਆ ਅਗਲੀ ਖਬਰ ਸੂਬੇ ਦੇ ਵਿੱਚ ਲਗਾਤਾਰ ਵਾਧੀ ਹੋਈ ਮਹਿੰਗਾਈ ਦੇਖੀ ਜਾ ਰਹੀ ਆ ਹੁਣ ਪੰਜਾਬ ਵਿੱਚ ਆਟੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ ਜੋ ਆਟਾ ਪਹਿਲਾਂ 28 ਰੁਪਏ ਕਿਲੋ ਦੇ ਹਿਸਾਬ ਨਾਲ ਮਿਲਦਾ ਸੀਗਾ ਹੁਣ ਉਹ 30 ਰੁਪਏ ਕਿਲੋ ਦੇ ਹਿਸਾਬ ਨਾਲ ਹੋ ਗਿਆ ਹੈ ਇਸ ਦੇ ਨਾਲ ਹੀ ਆਟੇ ਤੋਂ ਬਣ ਵਾਲੀਆਂ ਚੀਜ਼ਾਂ ਦੇ ਭਾਅ ਵੀ ਵੱਧ ਗਏ ਨੇ ਅਗਲੀ ਖਬਰ ਪੰਜਾਬ ਦੇ ਸਾਰੇ ਸਕੂਲਾਂ ਨੂੰ ਲੈ ਕੇ ਆ ਜਾ ਸਕਦਾ ਹੈ ਅਹਿਮ ਅਤੇ ਵੱਡਾ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸਕੂਲ ਮੁਖੀਆਂ ਦੇ ਨਾਲ ਭਗਵੰਤ ਪ੍ਰਤਮਾਨ ਦੀ ਅੱਜ ਹੋਵੇਗੀ ਮੀਟਿੰਗ ਰਾਜਤਾਨੀ ਦਿੱਲੀ ਦੇ ਸਕੂਲ ਮਾਡਲ ਨੂੰ ਦੇਖ ਕੇ ਲੈ ਸਕਦੇ ਨੇ ਵੱਡਾ ਫੈਸਲਾ ਦਰਸਾਲ ਦੋਸਤੋ ਅੱਜ ਸੀਐਮ ਭਗਵੰਤ ਮਾਨ ਦੇਸ਼ ਦੇ ਸਾਰੇ ਸਰਕਾਰੀ ਸਕੂਲਾਂ ਦੇ ਸਕੂਲ ਮੁਖੀ ਨਾਲ ਇੱਕ ਅਹਿਮ ਬੈਠਕ ਕਰਨ ਜਾ ਰਹੇ ਨੇ ਜਿਸ ਵਿੱਚ ਵੱਡਾ ਫੈਸਲਾ ਸਰਕਾਰੀ ਸਕੂਲਾਂ ਬਾਰੇ ਆ ਸਕਦਾ ਹੈ ਸੋ ਦੋਸਤੋ ਨਾਲ ਦੀ ਨਾਲ ਇਹ ਸਨ ਅੱਜ ਦੀਆਂ ਅਹਿਮ ਖਬਰਾਂ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਅੱਗੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ